इस करके असीं किया कि साडी बिजली ते दिओ। हुणे प्रोटेस्ट करना तुहाडा कब तक जारी रहेगा? ये असीं 16 तरीक ये जब तक इस गवर्नमेंट LG साहब इहदा फैसला नहीं लैणगे, ਉਹ ਸਿਰਫ ਵਰਵਲੀ ਸਟੇਟਮੈਂਟ ਦਿੰਦੇ ਕਿ ਅਸੀਂ ਗਰੀਬਾਂ ਦਾ ਸੋਚਾਂਗੇ। ਇਹ ਗਰੀਬ ਲੋਕ ਦੇਖੋ ਇਹਦੇ 'ਚ ਅਮੀਰ ਕੋਈ ਲੱਭੇ ਕਰਦਾ ਹੈ? ਇਹ ਗਰੀਬ ਲੋਕਾਂ ਦਾ ਜਨਤਕ ਇਸ ਮੀਟਰ ਦਾ ਯਾਨੀ ਕਿ ਆਲਰੇਡੀ 16 ਤਰੀਕ ਨੂੰ ਤੁਹਾਡੀ ਵੱਡੀ ਕਾਲ ਹੈ। ਵੱਡੀ ਕਾਲ 16 ਤਰੀਕ ਨੂੰ ਅਸੀਂ ਪੁੱਲ ਬੰਦ ਕਰਾਂਗੇ। ਕੀ ਵਜ੍ਹਾ ਹੈ ਕਿ ਅੱਜ ਕੱਲ ਵੀ ਤੁਸੀਂ ਪ੍ਰੋਟੈਸਟ ਕੀਤਾ ਸੀ? ਕੱਲ ਪ੍ਰੋਟੈਸਟ ਤੁਸੀਂ ਕੀਤਾ ਸੀ, ਅੱਜ ਕੱਲ ਤੁਸੀਂ ਗਲੀਆਂ ਚੋਂ ਰੁਕੇ, ਅੱਜ ਨੈਸ਼ਨਲ ਹਾਈਵੇ ਤੇ ਆ ਗਏ, ਉਸ ਤੁਹਾਡੀ ਜੋਗ ਬਲਾਕ ਕਰਨਾ ਪੈ ਗਿਆ। ਅੱਜ 2:30 ਦੀ ਲਾਈਟ ਪੱਤੀ ਬੰਦ ਕਰੀ ਜੀ, ਬਲ 2:00 ਦੀ ਉਹਨੇ ਆਖਿਆ ਮੀਟਰ ਲਾਣ ਦਿਓ, ਅਸੀਂ ਫੋਨ ਕੀਤਾ, ਉਹਨੇ ਆਖਿਆ ਜਲ ਮੀਟਰ ਲਾਣ ਦਿਓ, ਮੀਟਰ ਲਾਣ ਦੇ ਕੇ ਥੋੜੀ ਅਸੀਂ ਬਿਜਲੀ ਲਾਣੀ, ਨਹੀਂ ਨਹੀਂ ਲਾਣੀ, ਮਤਲਬ ਮੀਟਰ ਲਾਣ ਦੇ ਜੋ ਸਮਾਰਟ ਮੀਟਰ ਇੰਸਟਾਲ ਕਰਨੇ ਸੀ ਉਹਦੀ ਕਰਕੇ ਲਾਈਟ ਬੰਦ ਕਰ ਦਿੱਤੀ ਸੀ ਕਿ ਅਸੀਂ ਮੀਟਰ ਇੰਸਟਾਲ ਕਰਨੇ, ਔਰ ਇਹ ਨਹੀਂ ਦੇਖਿਆ ਕਿ ਗਰਮੀ ਵਿੱਚ ਜੋ ਲੋਕੀ ਤੜਫਦੇ ਨੇ, ਬੱਚੇ ਬਜ਼ੁਰਗ ਘਰ ਤੜਫਾ ਦੇ ਨੇ। 2:00 ਦੀ ਲਾਈਟ ਕੀਤੀ, ਆਖਾ ਦੇ ਕਿ ਜਿੰਨੇ ਚਿਰ ਤੁਸੀਂ ਮੀਟਰ ਨਹੀਂ ਲਾਣ ਦਿੱਤੇ ਸਮਾਰਟ ਮੀਟਰ, ਉਨੇ ਚਿਰ ਅਸੀਂ ਬਿਜਲੀ ਨਹੀਂ ਛੋੜਨੀ। ਇਹ ਕੋਈ ਕਿਹੜਾ ਤਰੀਕਾ ਹੈ? ਨਹੀਂ ਪਾਣੀ, ਨਹੀਂ ਸਾਡਾ ਬਿਜਲੀ, ਪਾਣੀ ਲਾਈਟ ਹੀ ਨਹੀਂ ਹੈ, ਬਿਜਲੀ ਕਿੱਥੋਂ? ਪਾਣੀ ਲਾਈਟ ਆਤੀ ਹੈ ਤੋ ਪਾਣੀ ਚਲੇ ਜਾਂਦਾ, ਪਾਣੀ ਆਤੀ ਹੈ ਤੋ ਲਾਈਟ ਚਲੇ ਜਾਂਦੀ ਹੈ। ਬਿਜਲੀ ਡਿਪਾਰਟਮੈਂਟ, ਸਾਰਾ ਕੁਝ ਡਿਪਾਰਟਮੈਂਟ ਜੋ ਬਿਜਲੀ ਪੂਰੀ ਡਿਪੈਂਡ ਹੈ, ਬਿਜਲੀ ਨਾਲ ਹੀ ਪਾਣੀ ਆਏਗਾ, ਮੋਟਰਾਂ ਚੱਲਣਗੀਆਂ ਤੇ ਪਾਣੀ ਆਏਗਾ ਘਰ ਦਾ। ਇਹ ਕੌਣ ਸਾ ਮਤਲਬ ਹੈ ਕਿ ਫਿਊਜ ਨਿਕਾਲਨੇ ਵਾਲਾ ਕੌਣ ਸਾ ਮਤਲਬ ਹੈ? ਲਾਈਟ ਕਿਉਂ ਬੰਦ ਕਰਨੀ? 2:00 ਦੀ ਲਾਈਟ ਬੰਦ ਕੀਤੀ, ਲਾਈਟ ਬੰਦ ਕੀਤੀ ਹੈ, ਉਹਨੂੰ ਕੀ ਲੱਗਦਾ ਹੈ ਕਿ ਜਾਣ ਬੁੱਝ ਕੇ ਕੀਤਾ ਗਿਆ ਹੈ ਕਿ ਅਸੀਂ ਮੀਟਰ ਨਹੀਂ ਲਗਵਾਏ? ਉਹਨੇ ਜਾਣ ਬੁੱਝ ਕੇ ਆਜ ਫਿਰ ਹਮਾਰੇ ਫਿਊਜ਼ ਨਿਕਾਲੇ ਗਏ ਹੈ। ਉਹਨਾਂ ਕੀ ਲੱਗਣਾ ਹੈ ਕਿ ਅਗਰ ਤੁਸੀਂ ਇਹਨਾਂ ਨੂੰ ਕੱਲ ਮੀਟਰ ਲਗਾਉਣ ਤੋਂ ਰੋਕਿਆ ਤੇ ਉਸਦੀ ਵਜ੍ਹਾ ਨਾਲ ਤੁਹਾਡੇ ਬਦਲੇ ਜੇ ਸਰ ਜੈ ਸਾਹਿਬ ਨੇ ਕਿਹਾ ਤੁਸੀਂ ਹੁਣ ਮੈਨੂੰ ਕਹੋ ਕਿ ਮੈਂ ਮੀਟਰ ਲਗਾਉਣ ਦਿਓ, ਮੈਂ ਉਹਨੇ ਲਾਈਟ ਛੱਡ ਦਿੰਦਾ, ਇਹ ਹਰਾਸਮੈਂਟ ਹੈ। ਇਹ ਕਿਹੜੇ ਕਾਨੂੰਨ 'ਚ ਲਿਖਿਆ ਹੋਇਆ ਵੀ ਤੁਸੀਂ ਮੀਟਰ ਲਗਾਉਣ ਦੇ ਲਾਈਟ ਬੰਦ ਕਰ ਦੇਗੇ? ਇਹ ਪਬਲਿਕ ਹਰਾਸਮੈਂਟ ਹੈ। ਕੱਲ ਤੁਹਾਡੇ ਨਾਲ ਗੱਲਬਾਤ ਹੋਈ ਸੀ, ਸੋਨੂੰ ਡੋਗਰਾ ਸਾਡੇ ਨਾਲ ਮੌਜੂਦ ਨੇ, ਕੱਲ ਤੁਸੀਂ ਗੱਲਬਾਤ ਕੀਤੀ ਸੀ ਗਲੀਆਂ 'ਚੋਂ ਨਿਕਲ ਕੇ, ਅੱਜ ਤੁਹਾਨੂੰ ਚੌਕਾਂ ਜਾਣਾ ਪੈ ਗਿਆ, ਕੀ ਵਜ੍ਹਾ ਤੁਹਾਨੂੰ ਜੋ ਗਲੀਆਂ ਵਿੱਚ ਛੋਟੀ ਛੋਟੀ ਗਲੀਆਂ ਵਿੱਚ ਅਸੀਂ ਜੋ ਕੱਲ ਗਰਾਊਂਡ ਰੈਵਲ ਦੀ ਰਿਐਲਿਟੀ ਜੋ ਅਸੀਂ ਦਿਖਾਈ ਸੀ, ਅੱਜ ਇਸ ਵਕਤ ਤੁਸੀਂ ਚੌਕ ਇਸ ਤਵਾਰੀ ਚੌਕ ਬਲਾਕ ਕਰਨਾ ਪੈ ਗਿਆ, ਕੀ ਪਰੇਸ਼ਾਨੀ ਆ ਰਹੀ ਹੈ ਤੁਹਾਨੂੰ? ਜਨਾਬ ਕੱਲ ਪ੍ਰਸ਼ਾਸਨ ਆਇਆ ਸੀ, ਇਹਨੇ ਆਸ਼ਵਾਸਨ ਦਿੱਤਾ ਕਿ ਸਮਾਰਟ ਮੀਟਰ ਨਹੀਂ ਲੱਗਣਗੇ, ਬੰਦ ਕਰਨਗੇ, ਲੇਕਿਨ ਇਹਨੇ ਦੇਖੋ ਕਿਸ ਹਿਟਲਰ ਰਾਜ ਕੀਤਾ ਕਿ ਅੱਜ ਜਿਸ ਮਹੱਲੇ ਨੇ ਇਤਰਾਜ ਕੀਤਾ ਉਹਦੀ 2:00 ਤੋਂ ਲੈ ਕੇ ਲਾਈਟ ਬੰਦ ਹੈ, ਔਰ ਲਾਈਟ ਬੰਦ ਕਰਕੇ ਚਲ ਗਏ, ਔਰ 3 ਦਿਨ ਪਹਿਲੇ ਵੀ ਇਸ ਤਰ੍ਹਾਂ ਕੀਤਾ, ਇਤਰਾਜ ਕੀਤਾ ਕਿ ਲਾਈਟ ਬੰਦ ਕਰਕੇ ਚਲੇ ਜਾਂਦੇ, ਕਿਸੇ ਘਰ ਗਰੀਬ ਬੱਚਾ ਹੈ, ਵਿਧਵਾ ਲੇਡੀਜ਼ ਹੈ, ਬਜ਼ੁਰਗ ਹੈ, ਕਿਸੇ ਕੋਈ ਪੇਸ਼ੈਂਟ ਨੂੰ BP ਅਟੈਕ ਹੋ ਜਾਏਗਾ, ਕਿਆ ਇਹ ਪ੍ਰਸ਼ਾਸਨ ਜ਼ਿੰਮੇਵਾਰੀ ਲੈਣਗੇ? ਐਕਸੀਡੈਂਟ ਸਾਹਿਬ ਜ਼ਿੰਮੇਵਾਰੀ ਲੈਂਦੇ ਨੇ ਕਿ ਕੋਈ BP ਨਾਲ ਮਰ ਜਾਏਗਾ, ਅਟੈਕ ਨਾਲ ਮਰੇਗਾ, ਗਰਮੀ ਨਾਲ ਮਰੇਗਾ, ਉਸਦੀ FIR ਉਸਦੀ 302 ਐਕਸੀਡੈਂਟ ਸਾਹਿਬ ਦੇ ਖਿਲਾਫ ਲੜੀ ਜਾਏਗੀ। ਤੁਹਾਨੂੰ ਕੀ ਲੱਗਦਾ ਹੈ ਮਤਲਬ ਤੁਸੀਂ ਸਮਾਰਟ ਮੀਟਰ ਦਾ ਜੋ ਪ੍ਰੋਟੈਸਟ ਕੀਤਾ ਹੈ ਉਹਦੇ ਬਦਲੇ ਤੁਹਾਡੀ ਤਾਂ ਲਾਈਟ ਬੰਦ ਕੀਤੀ ਗਈ? ਬਦਲਾ ਜਾ ਰਹੇ ਜ਼ਬਰਦਸਤੀ ਰਾਜ ਹੈ, ਹਿਟਲਰ ਰਾਜ ਕਰ ਰਹੇ ਹਨ ਕਿ ਸਾਨੂੰ ਮਾਰ ਕੇ, ਜਬੀ ਜ਼ਬਰਦਸਤੀ ਹੁੰਦਾ ਨਾ ਕਿ ਕਿਸੇ ਆਪਣੇ ਬੰਦੂਕ ਰੱਖ ਕੇ ਉਹ ਕਰ ਰਹੇ ਹਨ, ਸਾਡੀ ਲਾਈਟ ਬੰਦ ਕਰ ਰਹੇ ਹਨ, ਕੱਲ੍ਹ ਕਿ ਕੋਈ VP ਅਟੈਕ ਨਾਲ ਮਰ ਗਿਆ, ਕੋਈ ਗਰੀਬੀ ਗਰਮੀ ਨਾਲ ਮਰ ਗਿਆ, ਔਰ ਇਹਦਾ ਮੈਂ LG ਸਾਹਿਬ ਨੂੰ ਉਸ ਸੈਂਟਰ ਦਾ ਪ੍ਰਸ਼ਾਸਨ ਕਰੂੰਗੀ, ਐਕਸੀਡੈਂਟ ਸਾਹਿਬ ਦੇ ਖਿਲਾਫ 302 ਦਾ ਪਰਚਾ ਲੱਗੇਗਾ, ਹਰ ਕੋਈ ਵੀ ਬਜ਼ੁਰਗ ਮਰਿਆ ਸਾਡੀ ਗਰਮੀ ਨਾਲ ਅਸੀਂ ਐਕਸੀਡੈਂਟ ਸਾਹਿਬ ਦਾ ਘਰ ਫੂਕ ਦਿਆਂਗੇ। ਅਜੇ ਤੱਕ ਵੀ ਕੋਈ ਤੁਹਾਡੇ ਕੋਲ ਆਲਾ ਅਧਿਕਾਰੀ ਬਿਜਲੀ ਡਿਪਾਰਟਮੈਂਟ ਦਾ ਕੋਈ ਪੁੱਛਿਆ? ਕੋਈ ਨਹੀਂ ਆਇਆ, ਕੋਈ ਵੀ ਨਹੀਂ ਆਇਆ, ਨਾ ਬਿਜਲੀ ਡਿਪਾਰਟਮੈਂਟ ਇੱਕ ਵੀ ਮੈਂ ਸੁਣਿਆ। ਅਸੀਂ ਚਾਹੁੰਦੇ ਹਾਂ ਕਿ ਬਿਜਲੀ ਮਹਿਕਮੇ ਦੇ ਵੀ ਲੋਕ ਇਹ ਸਾਡੇ ਪ੍ਰਾਣ, ਸਾਡੇ ਲੋਕ ਨੇ, ਸਾਡੇ ਪ੍ਰਾਣ, ਲੇਕਿਨ ਚਲੋ ਉਹਦੀ ਮਜਬੂਰੀ ਹੈ ਕਿ ਬੰਦ ਕਰਾ, ਲੇਕਿਨ ਇਹ ਤਾਂ ਨਹੀਂ ਹੋਣਾ ਚਾਹੀਦਾ ਕਿ ਗੁੰਡਾ ਰਾਜ ਨਹੀਂ ਹੋਣਾ ਚਾਹੀਦਾ ਕਿ ਤੁਸੀਂ ਲਾਈਟ ਬੰਦ ਕਰ ਦਿਓ, ਉਹ ਗਰੀਬਾਂ ਨੂੰ ਤੰਗ ਕਰੋ, ਲੋਕਾਂ ਨੂੰ ਪਰੇਸ਼ਾਨ ਕਰੋ, ਕੱਲ੍ਹ ਕੀ ਕੋਈ ਬਿਮਾਰ ਹੋਏਗਾ, ਕੀ ਹੋਏਗਾ, ਕੀ ਬਿਮਾਰੀ ਹੈ, ਤੁਸੀਂ ਆਓ ਨਾ ਗੱਲ ਕਰੋ, ਬਹਿ ਕੇ ਟੇਬਲ 'ਤੇ ਗੱਲ ਕਰੋ, ਸਾਡੇ ਕੋਲ ਕੋਈ ਕਮੀ ਪੇਸ਼ੀ ਹੈ ਤਾਂ ਸਾਡੇ ਨਾਲ ਕਲੀਅਰ ਕਰੋ, ਅਸੀਂ ਤੁਹਾਡੀ ਗੱਲ ਸੁਣੋਗੇ, ਤੁਸੀਂ ਸਾਡੀ ਗੱਲ ਸੁਣੋ, ਲੇਕਿਨ ਟੇਬਲ 'ਤੇ ਬੈਠ ਕੇ ਰਾਜੀ ਨਹੀਂ ਆਏ, ਜਿਹੜੀ ਗੁੰਡਾਗਰਦੀ ਗਰੀਬ ਘਰ ਖਾਂਦੇ ਰੋਟੀ ਨਹੀਂ ਸੀ, ਉਹ ਕਿਤੋਂ ਪ੍ਰੀਪੇਡ ਦਾ 3000 ਦਾ 2000 ਦਾ ਰਿਚਾਰਜ ਕਰੇਗਾ, ਇੰਨਾ ਅਤਿਆਚਾਰ ਕਰ ਰਹੇ ਹਨ, ਲੋਕਾਂ ਨੂੰ ਗੁੰਮਰਾਹ ਕਰ ਰਹੇ। ਤੁਸੀਂ ਆਪੇ ਦੇਖਿਆ LG ਸਾਹਿਬ ਨੂੰ ਦੱਸਿਆ ਕਿ ਠੀਕ ਹੈ ਬੈਠੋ, ਦੱਸੋ ਸਾਨੂੰ, ਅਸੀਂ ਚਾਹੁੰਦੇ ਹਾਂ ਕਿ ਮੀਟਰ ਲਓ, ਅਸੀਂ ਨਹੀਂ ਕਹਿੰਦੇ ਚੋਰੀ ਕਰਨਾ, ਪਰ ਮੀਟਰ ਰੀਡਰ ਅੱਛਾ ਕੰਮ ਕਰ ਰਹੇ ਹਨ, ਜੇਈ ਸਾਹਿਬ ਵੀ ਅੱਛਾ ਕੰਮ ਕਰ ਰਹੇ, ਫਿਰ ਚੋਰੀ ਕੌਣ ਕਰ ਰਿਹਾ? ਚੋਰੀ ਕੋਈ ਨਹੀਂ ਕਰ ਰਿਹਾ, ਜੇਈ ਅੱਛਾ ਕੰਮ ਕਰ ਰਹੇ ਹਨ, ਮੌਕੇ ਪਰ ਆਉਂਦੇ ਦਿਖਦੇ ਹਨ, ਉਹ ਬਿੱਲ ਦੇ ਰਹੇ, ਮੀਟਰ ਰੇਟ ਵੀ ਅੱਛਾ ਕੰਮ ਕਰੇ, ਬਿੱਲ ਦੇ ਰਹੇ, ਉਹ ਲੋਕ ਬਿੱਲ ਦੇ ਰਹੇ, ਲੋਕ ਪਿਛਲਾ ਵੀ ਮੁਕਾ ਰਹੇ, ਫਿਰ ਚੋਰ ਕੌਣ ਹੈ? LG ਸਾਹਿਬ ਨੂੰ ਚੋਰ ਕਿਹਨੂੰ ਕਹਿੰਦੇ ਪਏ? ਸਰ ਜੰਮੂ ਦੇ ਲੋਕਾਂ ਨੂੰ, ਸਰ ਜੰਮੂ ਲੋਕ ਚੋਰ ਕਰ ਰਿਹਾ, ਆਪਣੇ UP ਨੂੰ ਜਾ, UP 'ਚੋਂ ਇਲੈਕਸ਼ਨ ਹਾਰ ਕੇ ਸਾਨੂੰ ਅੱਜ ਤਾਂ ਸਾਰੇ ਜੰਮੂ ਏਰੀਆ UP 'ਚ ਕੰਮ ਕਿਤੇ ਹੁੰਦਾ, LG ਸਾਹਿਬ ਤੋਂ ਇਲੈਕਸ਼ਨ ਹਾਰ ਕੇ ਲੈ ਗਏ। ਤੁਸੀਂ ਕਿਤੇ ਸਿਆਸੀ ਪਾਰਟੀ ਨਾਲ ਤਾਲੁਕ ਰੱਖਦੇ ਹੋ? ਦੇਖੋ ਸਿਆਸੀ ਪਾਰਟੀ ਆਪਣੀ ਉਹਦੇ, ਇਹ ਜੰਮੂ ਦੀ ਆਵਾਜ਼ ਹੈ, ਇਹ ਪੂਰਾ ਜੰਮੂ ਬਾਹਰ ਹੈ, ਮੈਂ ਨਹੀਂ ਲੋਕਾਂ ਨੂੰ ਲਿਆਇਆ, ਲੋਕ ਜੋ ਕਾਂਗਰਸ ਪਾਰਟੀ ਨਾਲ ਤਾਲੁਕ ਰੱਖਦੇ ਹੋ,
बिल्कुल कल तुसी कहंदे हो कि कल कांग्रेस पार्टी आ गई, तुसी की कहंदे हो कोई बिल माफ कर देगी? कांग्रेस पार्टी जे आएगी, कांग्रेस पार्टी ने कहा पिछला बिल माफ होएगा, जेड़ा अगे होएगा वो 300 जून तक माफ की जान गया, 300 जून पर जेड़ा बिल होएगा उदे पे जून लगाई जाएगी। और कांग्रेस पार्टी ने कहा छड़या कि असे 300-400 यूनिट फ्री देंगे पहले लोगों को। जम्मू कश्मीर च बिजली बनती है, जम्मू कश्मीर च बिजली बनती है, असी लोगों बाहर बाकी स्टेटों में देवे आपे लोगों को फ्री देंगे। बहुत बहुत धन्यवाद, ਇਹਦੇ ਨਾਲ ਗੱਲ ਕਰਦੇ ਆ ਤੇ ਤੁਹਾਡੀ ਕੋਈ ਗੱਲ ਨਹੀਂ। ਬਲਾਓ ਉਹ ਸਰ ਬਲਾਓ ਨਾ, ਉਹ ਮੈਂ ਇੱਥੇ ਬਲਾਓ, ਮੈਂ ਸਾਡੇ ਸੁਣ ਲੈਣੀ ਚਾਹੀਦੀ, ਮੈਂ ਆਈ ਨਹੀਂ ਰੋਜ਼ ਗੱਲਾਂ ਅੱਜ ਐਵੇਂ ਤਾਂ ਗੱਲ ਨਾ ਸ਼ਾਹੀ। ਜੇ ਤੁਸੀਂ ਛੋਟੀ ਜੀ ਬੱਚੀ ਹੈ ਜੋ ਇਸ ਪ੍ਰੋਟੈਸਟ ਧਰਨੇ ਦੀ, ਸਭ ਤੋਂ ਛੋਟੀ ਬੱਚੀ ਇਹ ਵੀ ਇਸ ਧਰਨੇ ਵਿੱਚ ਸ਼ਾਮਲ ਹੈ, ਇਸ ਗਰਮੀ ਦੀ ਅੱਜ ਦੀ ਗਰਮੀ ਵਿੱਚ ਜੋ ਲਾਈਟ ਇਹਨਾਂ ਦੀ ਬੰਦ ਕਰ ਦਿੱਤੀ ਗਈ, ਸਮਾਰਟ ਮੀਟਰ ਨਾ ਲੱਗਣ ਦੀ ਕਰਕੇ ਇਹਨਾਂ ਦੀ ਲਾਈਟ ਬੰਦ ਕਰ ਦਿੱਤੀ ਗਈ, ਉਸ ਇਸ ਬੱਚੇ ਨਾਲ ਤੁਸੀਂ ਛੋਟੀ ਬੱਚੀ ਹੈ ਜੋ ਇਸ ਇਹ ਵੀ ਇਸ ਪ੍ਰੋਟੈਸਟ ਧਰਨੇ ਵਿੱਚ ਹਿੱਸਾ ਲੈ ਰਹੀ ਹੈ, ਕਿਉਂਕਿ ਲਾਈਟ ਕਿੰਨੇ ਵਜੇ ਦੀ ਮਾਤਾ ਜੀ ਬੰਦ ਹੈ? 2 ਵਜੇ ਦੀ ਲਾਈਟ ਬੰਦ ਹੈ। ਇਹਨਾਂ ਦਾ ਕਹਿਣਾ ਹੈ ਕਿ ਇਹਨਾਂ ਨੇ ਸਮਾਰਟ ਮੀਟਰ ਲਾਉਣ ਤੋਂ ਇਨਕਾਰ ਕਰ ਦਿੱਤਾ, ਔਰ ਇਹਨਾਂ ਦੇ ਜੋ ਸਮਾਰਟ ਮੀਟਰ ਦਾ ਵਿਰੋਧ ਕੀਤਾ ਹੈ ਉਹਦੇ ਬਦਲੇ 'ਚ ਇਹਨਾਂ ਦੀ ਜੋ ਲਾਈਟ ਬੰਦ ਕਰ ਦਿੱਤੀ ਗਈ 2 ਵਜੇ ਦੀ, 2 ਵਜੇ ਦੀ ਲਾਈਟ ਬੰਦ ਹੈ। ਔਰ ਇਹ ਕਹਿਣਾ ਚਾਹੋਗੇ ਆਂਟੀ ਤੁਸੀਂ? छोटी जी बच्ची है, तुसी देख सकते हो, और ये सरकार किते ना किते इन्हां नाल धक्का कर रही है। इन्हां दा कहना है कि साडे नाल वितकरा किया जा रहा है, असी प्रोटेस्ट मीटर जो मीटर दे स्मार्ट मीटर दे अगेंस्ट प्रोटेस्ट किया है, उसी करके असी इहदा विरोध किया है। इन्हां दी 2 बजे लाइट बंद कर दी गई, उस तो बाद अजे तक इन्हां दी लाइट जो वापस रिस्टोर नहीं की गई है, उन्हें लैके ये लोग सड़क से उतर आए हैं। 9 बजे तो इन्हां दी लाइट बंद है, जी की गल होगी 2 बजे क्यों लाइट बंद कर दी गई? देखो जब विफल हो जाती है गवर्नमेंट तो यही हथकंडे बनाती है। आज आप देख रहे हैं कि गरीब लोगों के ऊपर ही इनका जो शिकंजा है कसा जाता है, अमीर लोगों के ऊपर ये हाथ नहीं डालते। क्यों नहीं डालते? क्योंकि वो सरसूख वाले बंदे हैं, उनके ऊपर ये निर्भर है। अगर ये लोगों के ऊपर निर्भर होते जिनसे इन्हें वोट लिए हैं, आज इनके कीमत अदा करने का इनको वक्त था। जो 25 MLA हमने जिता के भेजे थे, आज वो कहाँ सोए हुए हैं? आज लोग सड़कों पे हैं, तो आज फर्ज किसका बनता था उनके साथ खड़ा होना, इन 25 MLA का? पर वो अपने घर में दुबक के बैठे हैं, क्योंकि क्योंकि उनके दिल में चोर है। आज वो लोगों के साथ खड़े इसलिए नहीं हो रहे। और आज जी सर जी की कहना चाहोगे, आज तुसी ये प्रोटेस्टर नहीं शामिल होगा, क्या गल होगी तुम्हें, किस करके आए हो थे? अगर हमको गर्मी लग रही है, स्कूल से आके हम गर्मी में तरफ रहे हैं, ये स्मार्ट मीटर की वजह से लाइट बंद हो रही है, ये सरकार ने कम ही है। कितने बजे दी लाइट बंद है? 2 बजे दी। 2 बजे दी, फिर तो उधर ना क्या दिक्कत आंदे, तुसी पढ़ नहीं सकते, अंदर बह नहीं सकते गर्मी की वजह नाल, सुबह स्कूल कैसे जाए, आपको कुछ याद भी नहीं होता? मतलब लाइट नहीं होगी, पढ़ना कितू है, गर्मी है, नहीं बह सकते अंदर? हाँ, जो सरकार हमें कुछ नहीं दे सकती वो सरकार ने कम ही है। हाँ जी, आओ बेटे आओ, ये छोटी भैन भी आई है, भी कुछ कहना चाहती है, के बेटे दसो तुसी के कहना चाहते हो? सुबह से लाइट बंद है, हमने पढ़ना होता है जी, तो स्कूल जाना। कितनी क्लास भी पढ़ते हो? 12th में। तो 12th भी तुसी पढ़ने की पढ़ाई ना लगाई, लाइट ही आओ, इसी के दिक्कत आती है कि जब तक लाइट नहीं होगी बच्चा पढ़ेगा के? फिर गर्मी च बैठोगे घर, तो तुसी रोड़ा च घूम रहे हो, 2 बजे दी जो लाइट बंद है, के कहना चाहते हो सरकार नु? लाइट दो हमें, पढ़ना होता है, सुबह स्कूल जाना होता है, सही बात। दिल्ली दे रहे हैं, जम्मू में नहीं दे रहे लाइट हमें, परसों भी बंद की हुई थी, गर्मियों में कैसे पढ़ना हमने? बहुत बहुत शुक्रिया। देखें छोटे छोटे बच्चे जो अपनी पढ़ाई नू लेके परेशान है, चिंता का विषय इस वेले यह बने दा है कि इन्हां दी छोटे बच्चों की पढ़ाई इस लाइट की वजह नाल कितनी खराब हो रही है, लेकिन सरकार नू भी ध्यान देना चाहिए या PDD डिपार्टमेंट नू कि 2 बजे दिन की लाइट बंद की हुई है, क्यों 2 बजे तो इन्हों की लाइट बंद है? मीटर रिस्टोर कर रहे हो, तुम मीटर लगाना एक तरफ है, लेकिन जो उन्हों का राइट बनता है बिजली पानी जो बेसिक चीज़ें ये तो सरकार का देना बनता है। PDD डिपार्टमेंट ने जो 2 बजे की लाइट बंद करके उससे प्रोटेस्ट उससे अपना रोष प्रकट करने लई ये सारे इतने रोडों से आ गए ने, कल गलिया भी सन, आज इसे सड़कों से खड़े ने। इस हाँ जी, ये बेटा क्या नाम है बेटा? क्या हो गया, क्यों रोड पे क्यों आए हो, की गल होगी? बिजली बंद हो गई है, मीटर लगा। कितनी क्लास विच पढ़ते हो तुसी? 4th। 4th विच? तो फिर बिजली बंद हो गई थे क्यों ना पढ़ पढ़ाई नहीं होती तुम्हारी?
बंद हो रही है, फिर हम हमें पढ़ाई कैसे करेंगे जी? फिर स्कूल जाते हो तुसी? हाँ, स्कूल जाते हो जी। तो फिर स्कूल से आके पढ़ाई नहीं हुई आपकी? क्या लाइट बंद थी जब आए घर पे? हाँ, फिर सारे बाहर हैं। तभी रोड पे आ गए हो आप फिर? हाँ। अभी क्या लाइट आ गई? अभी नहीं, नहीं आई है। तो जब तक लाइट नहीं आएगी क्या करोगे? रोड पे खड़े रहोगे? छोटा बच्चा भी देख सकते हो तुसी की जड़ों में। हाँ जी, ये कहना चाहते हो माजी? देखो सर, जो बुजुर्ग बेचारे इनकी जो कंडीशन है, जो हालत है, हम क्या करें? हमारा ना बिजली है, ना लाइट है, ना खाना, क्या खाएंगे हम? लाइट होगी तो बनाएंगे ना, अंधेरे में क्या करें? अब करो रिस्पेक्ट करो, को लाइट दो। 12 बजे से बाहर निकले हम। तुसी कदू तक प्रोटेस्ट जारी रखोगे जी? सड़क तक नहीं आएगी सर, जब तक लाइट नहीं, जब तक लाइट नहीं आएगी तुसी कार में जहाँ पे आएंगे? क्या देखो बुजुर्ग का बेचारी क्या कंडीशन है, क्या हालत है इनकी? मैं कहना क्या, लाइट जब तक नहीं आएगी इस तरह रोड़ा ते खड़े रहेंगे और इसे तरह रोड़ा ते प्रोटेस्ट करेंगे। जी सारा ने देखा कि बच्चे भी खड़े ने, तुसी पढ़ते हो कि नहीं पढ़ते हो? 9th। क्यों रोड़ा पर आ गए हो, सड़क पर क्यों खड़े हो? बिजली नहीं आ रही है। बिजली नहीं आ रही, फिर बिजली नाल क्या करना तुसी? पढ़ाई की कोई दिक्कत आ रही है? हाँ जी। किसी देर तक तुसी इत्थे खड़े रहोगे रोड ते जब तक लाइट नहीं आती? हाँ जी। अंधेरा हो जाएगा लेकिन लाइट नहीं आएगी जब तक तुसी इत्थे खड़े रहोगे? हाँ जी। जी क्या कहना चाहोगे सरकार नू? जो सरकार जो जो गवर्नमेंट हमें बिजली पानी नहीं दे सकती, वो सरकार तो निकम्मी है। क्या कहना चाहोगे, क्या चाहिए थोड़ी, क्या डिमांड है सरकार? तुसी वेख्या सारा के जो प्रोटेस्ट करना है लगातार बढ़ता जा रहा है और इस वक्त हुण सरकार और जो पब्लिक है उद्देश्य कोई ना कोई, सरकार ने कोई अवेयरनेस नहीं की थी। कम से कम जो मीटर लगान तो पहले स्मार्ट मीटर की अवेयरनेस इन्हें अंदर देनी चाहिए थी कि स्मार्ट मीटर के क्या फायदे ने और किनिया किन्ना यूनिटा मिलनगियां। कोई भी इन्हों जो सैटलमेंट किसी गल की नहीं की गई, उन्होंने लैके ये स्मार्ट मीटर का विरोध कर रहे हैं। अगर आप भी चाहते हैं कि आरटीआई इंडिया न्यूज़ आप सबकी आवाज़ इसी प्रकार उठाता रहे तो आरटीआई इंडिया न्यूज़ की आर्थिक सहायता करें। हर माह 99 रुपये देकर के आरटीआई इंडिया न्यूज़ की सपोर्ट करें ताकि आरटीआई इंडिया न्यूज़ इसी प्रकार आपके मुद्दों को उठा सके और सरकार के कानों तक पहुंचा सके।